पिंग गिरन चढ़ जाए अंध लखै बदर सुने जौ काल कृपा कराए डंडौत बंदन अनक बार सर्ब कला समरथ डोलन ते राखो प्रभु नानक दे कर हाथ बेसुमार अथाह अगणत तुलै ज्यों बुलावह त्यों नानक दास बोलै ज्यों बुलावह त्यों नानक दास बोलै परम सन्मान योग गुरु रूप खालसा साध संगत जीओ आप बड़े प्रेम दे नाल सत्कारे योग ज्ञानी भाई सरबजीत सिंह जी तिना पासो पंथ प्रकाश की कथा श्रवण कर रहे सी। आओ कुछ समा गुरमत विचार करन वास्ते प्राप्त होया है, इस समय नू सफल बनाउण दा यतन करिए। सतगुरु सच्चे पातशाह दी वडियाई ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਕੇ ਇਸ ਸਮੇਂ ਨੂੰ ਆਪਾਂ ਸਫਲਾ ਬਣਾਉਣਾ ਹੈ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਬਾਣੀ ਅੰਦਰ ਬੜਾ ਸੁੰਦਰ ਫਰਮਾਨ ਕਰਦੇ ਹਨ, ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਣੇ ਸਤਿਗੁਰੂ ਤੋਂ ਬਲਹਾਰ ਜਾਈਏ, ਕੁਰਬਾਨ ਜਾਈਏ, ਇੱਕ ਵਾਰੀ ਨਹੀਂ ਇੱਕ ਦਿਹਾੜੀ ਦੇ ਵਿੱਚ ਸੈਂਕੜੇ ਵਾਰੀ ਹਜ਼ਾਰਾਂ ਵਾਰੀ। ਸਤਿਗੁਰੂ ਦਾ ਸ਼ੁਕਰ ਹੀ ਕਰੀ ਜਾਈਏ, ਧੰਨਵਾਦ ਹੀ ਕਰੀ ਜਾਈਏ। ਮਹਾਰਾਜ ਕਹਿੰਦੇ ਏਡੀ ਵੱਡੀ ਕਿਰਪਾ ਕੀਤੀ ਹੈ ਸਾਡੇ ਸੱਚੇ ਪਾਤਸ਼ਾਹ ਨੇ ਸਾਡੇ ਉੱਪਰ, ਕਿ ਮਨੁੱਖ ਤੇ ਕੁਦਰਤ ਦੇ ਬਣਾਏ ਹੋਏ ਪਹਿਲਾਂ ਹੀ ਨੇ। ਕਿਉਂ ਜਿਵੇਂ ਬਾਕੀ ਜੂਨੀਆਂ ਨੇ, 84 ਲੱਖ ਜੂਨੀਆਂ ਨੇ, ਤਾਂ 84 ਦਾ ਸਰਦਾਰ ਜਿਹੜਾ ਹੈ ਉਹ ਬੰਦਾ ਹੈ। ਤਾਂ ਬੰਦੇ ਤਾਂ ਫਿਰ ਗੁਰੂ ਸਾਹਿਬ ਤੋਂ ਪਹਿਲਾਂ ਵੀ ਜਨਮ ਲੈਂਦੇ ਨੇ, ਹੁਣ ਵੀ ਲੈਂਦੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਚਿਰ ਵਾਹਿਗੁਰੂ ਦਾ ਹੁਕਮ ਹੈ ਸੰਸਾਰ ਚੱਲਦਾ ਹੀ ਰਹੇਗਾ। ਕਿਉਂ? ਵਿਦਵਾਨ ਕਹਿੰਦੇ ਜਿਹੜਾ ਸੰਸਾਰ ਹੈ ਇਹ ਅਨਾਦੀ ਆ। ਜਿਵੇਂ ਪਾਣੀ ਦਾ ਪ੍ਰਵਾਹ ਅੱਗੇ ਤੋਂ ਅੱਗੇ ਤੁਰਿਆ ਜਾ ਰਿਹਾ, ਇੱਦਾਂ ਸੰਸਾਰ ਅੱਗੇ ਤੋਂ ਅੱਗੇ ਚੱਲਦਾ ਜਾ ਰਿਹਾ। ਤਾਂ ਫਿਰ ਸਤਿਗੁਰੂ ਦਾ ਕੀ ਪਾਰੋਪਕਾਰ ਹੋਇਆ ਜੇ ਬੰਦੇ ਹੀ ਬਣਾਉਣੇ ਸੀ? ਬੰਦੇ ਤਾਂ ਕੁਦਰਤ ਨੇ ਪਹਿਲਾਂ ਹੀ ਬਣਾਏ ਹੋਏ ਨੇ। ਤਾਂ ਸਤਿਗੁਰੂ ਜੀ ਨੇ ਇੱਥੇ ਬਚਨ ਕੀਤਾ, ਪਵਿੱਤਰ ਜਿਨ ਮਾਨਸ ਤੇ ਦੇਵਤੇ ਕੀਏ। ਜਿਹੜਾ ਸਿੱਖ ਹੈ ਇਹ ਦੇਵਤਾ ਬਣਾਇਆ ਹੋਇਆ ਸੱਚੇ ਪਾਤਸ਼ਾਹ ਨੇ। ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਦਾ ਸਿੱਖ ਜਿਹੋ ਜਿਹਾ ਮਰਜ਼ੀ ਹੋਵੇ, ਪਰ ਗੁਰੂ ਮਹਾਰਾਜ ਦੀ ਜਿਹੜੇ ਸਿੱਖਿਆ 'ਤੇ ਚੱਲਣਗੇ ਉਹ ਦੇਵਤੇ ਨੇ। ਤੇ ਦੇਵਤੇ ਵੀ ਕਿਸ ਤਰ੍ਹਾਂ ਦੇ ਜਿਉਂਦੇ ਜਾਗਦੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਇੱਕ ਘਟਨਾ ਹੋਈ ਸੀ ਵੀ ਕਿਸੇ ਉੱਥੋਂ ਦੇ ਵਸਨੀਕ ਸੱਜਣ ਦਾ ਕਿੰਨੇ ਲੱਖ ਡਾਲਰ ਜਿਹੜਾ ਸੀ ਉੱਧਰ ਦੀ ਜਿਹੜੀ ਕਰੰਸੀ ਸੀ ਉਹ ਗੱਡੀ ਦੇ ਵਿੱਚ ਰਹਿ ਗਈ। ਹੁਣ ਜਿਹੜਾ ਸਿੱਖ ਹੈ ਉਹ ਬੜੀ ਕਮਾਈ ਕਰਦਾ ਹੈ, ਕਿਰਤ ਕਰਦਾ ਹੈ, ਕਿਉਂ? ਸਿੱਖ ਧਰਮ ਗ੍ਰਿਸ਼ਤੀਆਂ ਦਾ ਧਰਮ ਹੈ ਅਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਗ੍ਰਿਸ਼ਤ ਨੂੰ ਪਹਿਲ ਦਿੱਤੀ ਹੈ, ਇਹ ਸੱਚ ਹੈ।
भाई गुरदास साहब जी लिखते ने भी घर बारी होए वरत्या घर बारी सिख पैरी पाया। तो गुरु साहब ने ग्रस्त धर्म को प्रधानता दिती है, सत्कार दिता, माण दिता है। तो ग्रस्ती वास्ते जरूरी है कि उन्हें फिर जिथे इस संसार नू सोहना बना के रखना है उत्थे नाल नाल अगला लोक भी अपना सवारना है। जिहड़ा ग्रस्ती नहीं उन्नू तां इस दुनिया ना मतलब ही कोई नहीं ना, भावें वस जे भावें उजड़ जे। पर सतगुरु जी ने पारोपकार किया है कि सिख इस संसार दे विच भी पारोपकार करता है ते जदों इत्थे रह के अपनी धर्म की किरत करता है, बाणी नितनेम नाल नाल सेवा सिमरन करता है, तो परलोक महाराज कहिंदे अपने आप ही सवरदा है। क्यों जे इहो जिहा बीज होवेगा उदां दी फसल पैदा होवेगी। जे बीज ही परोपकार वाले ने, किरत कमाई वाले ने, तो फसल भी चंगी पैदा होवेगी। तो सिख की जिम्मेवारी जिहड़ी ना वो डबल आ, बाकी जिहड़े मत ने उन्हां च तां इक काम निबड़िया ही होया भी परिवार तो पासे ने, ते कई वारी वो उस्तत करते करते ये भी भुल जाते भी गुरु नानक देव साहब ने ग्रस्त नूं प्रधानता दित्ती सी अपने आप नूं सही साबित करन वास्ते। फिर कह दिंदे जी जिहड़े साडे संत ने साडे महापुरश ने उन्होंने ना पंज काम क्रोध आदक नूं जित्तिया होया, पर जिते दा ते तां ही पता लगेगा जे संगत विच जां परिवार दे विच रहिंदियां क्रोध नूं मारना पवे, वक्त नूं विचारना पवे, तां जिहड़ा संगत विच ही नहीं रहिंदा परिवार विच नहीं रहिंदा हुण जे रहिंदा ही कल्ला है ते किस तरह पता लगे भी उन्हें काम क्रोध नूं जित्तिया। पता तां संगत जाण के लगेगा भी जित्तिया भी है कि नहीं जित्तिया। ਤਾਂ ਸਿੱਖ ਧਰਮ ਜਿਹੜਾ ਹੈ ਉਹ ਡਬਲ ਡਿਊਟੀ ਆਪਣੀ ਅਦਾ ਕਰਦਾ ਪਿਆ, ਬਾਕੀ ਜਿਹੜੇ ਧਰਮ ਨੇ ਉਹ ਸੰਨਿਆਸ ਵੱਲ ਜ਼ੋਰ ਦਿੰਦੇ ਨੇ। ਤਾਂ ਉਹ ਸੱਜਣ ਸਰਦਾਰ ਸਿੱਖ ਕੈਬ ਚਲਾਉਂਦਾ ਹੈ, ਇੱਥੇ ਆਪਣੇ ਭਰਾ ਕੈਬ ਚਲਾਉਂਦੇ ਨੇ ਕਈ, ਤਾਂ ਇੰਨੇ ਜ਼ਿਆਦੀ ਮਾਇਆ ਤੁਸੀਂ ਦੇਖੋਗੇ ਵੀ ਜਿਹੜਾ ਧਰਮ ਹੈ ਉਹਦੀ ਸਿੱਖਿਆ ਤਾਂ ਗੁਰਦੁਆਰੇ ਮਿਲਦੀ ਪਰ ਉਹਦੀ ਕਮਾਈ ਬਾਹਰ ਦੁਨੀਆ 'ਚ ਕਰਨੀ ਪੈਂਦੀ। ਜਿਵੇਂ ਸਕੂਲ ਦੇ ਵਿੱਚ ਤਾਂ ਸਿਰਫ ਪੜ੍ਹਿਆ ਜਾਂਦਾ ਹੈ, ਉਹਦੀ ਕਮਾਈ ਬਾਹਰ ਜਦੋਂ ਵੱਡਾ ਹੋਵੇਗਾ ਦੁਨੀਆ 'ਚ ਫਿਰ ਉਹਦੀ ਕਮਾਈ ਹੋਊ। ਤਾਂ ਗੁਰਦੁਆਰੇ ਤੋਂ ਤਾਂ ਸਿੱਖਿਆ ਹੀ ਪ੍ਰਾਪਤ ਹੁੰਦੀ, ਪਤਾ ਤਾਂ ਬਾਹਰ ਜਾ ਕੇ ਲੱਗੂਗਾ ਕਿ ਬਾਹਰ ਇਹ ਸਿੱਖਿਆ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦਾ ਕਿ ਨਹੀਂ ਕਰਦਾ ਕਿ ਸਿਰਫ ਸੁਣ ਕੇ ਚਲੇ ਜਾਂਦਾ। ਤਾਂ ਜਦੋਂ ਲਾਗੂ ਕਰਨ ਦੀ ਗੱਲ ਆਊਗੀ, ਕਿਸੇ ਸਿੱਖਿਆ ਨੂੰ ਮੰਨਣ ਦੀ ਗੱਲ ਆਊਗੀ, ਤਾਂ ਮਹਾਰਾਜ ਕਹਿੰਦੇ ਫਿਰ ਮਰਨ ਹੋ ਜਾਊਗਾ। ਕਿਉਂ ਮਨ ਨੂੰ ਮਾਰਨਾ, ਜਿਉਂਦੇ ਜੀ ਮਰਨਾ ਹੈ, ਤਾਂ ਜਿਉਂਦੇ ਜੀ ਕੋਈ ਮਰ ਕੇ ਰਾਜ਼ੀ ਨਹੀਂ, ਇਸ ਕਰਕੇ ਸਮਝੌਤਾ ਕਰ ਲਈਦਾ ਹੈ ਵੀ ਮਹਾਰਾਜ ਕਿਹੜਾ ਵੇਖਦਾ ਹੈ, ਹੁਣ ਕਿਹੜਾ ਗੁਰਦੁਆਰੇ ਬੈਠੇ ਹਾਂ, ਹੁਣ ਤਾਂ ਦੁਕਾਨ 'ਤੇ ਹਾਂ, ਫਿਰ ਕੀ ਆ, ਥੋੜ੍ਹੀ ਬਹੁਤੀ ਠੱਗੀ ਮਾਰ ਲਈਏ ਕੰਮ ਨਹੀਂ ਚੱਲਣਾ। ਤਾਂ ਮਰਨਾ ਪੈਂਦਾ, ਇਸ ਕਰਕੇ ਮਰ ਕੇ ਕੋਈ ਰਾਜ਼ੀ ਨਹੀਂ। ਤੁਸੀਂ ਦੇਖੋਗੇ ਵੀ ਜਿਹੜੀ ਮੱਛੀ ਸਮੁੰਦਰ 'ਚ ਆਪਣੇ ਆਪ ਮਰ ਜਾਂਦੀ, ਉਹ ਆਪਣੇ ਆਪ ਪਾਣੀ ਦੇ ਉੱਪਰ ਆ ਜਾਂਦੀ, ਆਪਣੇ ਆਪ ਤਰਨ ਲੱਗ ਪੈਂਦੀ, ਫਿਰ ਉਹਨੂੰ ਆਪਣੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ। ਤਾਂ ਸਿੱਖ ਧਰਮ ਕਿਸ ਤਰ੍ਹਾਂ ਦਾ ਹੈ ਦੇਖ ਲਓ ਕਿ ਵੈਸੇ ਤਾਂ ਕਹਿੰਦੇ ਵੀ ਜਿਹੜੇ ਧਰਮੀ ਲੋਕ ਨੇ ਵਿਹਲੜ ਨੇ, ਪਰ ਜਿੰਨੀ ਧਰਮੀ ਨੂੰ ਮਿਹਨਤ ਪੈਂਦੀ ਇੰਨੀ ਤਾਂ ਆਮ ਬੰਦੇ ਨੂੰ ਪੈਂਦੀ ਨਹੀਂ। ਉਹਨੇ ਧਰਮ ਦੀ ਕਮਾਈ ਵੀ ਕਰਨੀ ਹੈ ਅਤੇ ਸੰਸਾਰ ਦੀ ਕਮਾਈ ਵੀ ਕਰਨੀ। ਤਾਂ ਲੱਖਾਂ ਡਾਲਰ ਉਹਦੀ ਗੱਡੀ 'ਚ ਪਿਆ ਰਿਹਾ, ਬੜੀ ਵੱਡੀ ਖਬਰ ਛਪੀ ਹੈ। ਉਹਨੇ ਉਸੇ ਤਰ੍ਹਾਂ ਹੀ ਰੱਖ ਛੱਡਿਆ, ਉਹ ਲੱਭਦਾ ਲਭਾਉਂਦਾ ਪਤਾ ਕਰਦਾ ਆਇਆ, ਉਹਨੂੰ ਉਮੀਦ ਨਹੀਂ ਸੀ ਵੀ ਮਿਲੂਗਾ,
और एक चवानी भी उहदे विचों घट नहीं। तां सिख की है, पत्थर दे देवते देखे होणगे, लोहे दियां मूर्तियां देखियां होणगियां, पर जिउंदे देवते देखने तां महाराज दे सिख नूं देखो किसे, जिहड़ा असली सही मायने च सिख आ, जिसने इन्हां वचनां उत्ते पहरा दिता है भी सिखी सिख्या गुर विचार। जिहड़ा सतगुरु जी दे वचनां दी कमाई करन दा जतन करदा। श्री गुरु नानक प्रकाश दे विच बड़ा सुंदर प्रसंग आउंदा है, जिवें अजकल साडे भरा कह दिंदे ने कि जिहड़ा धर्मी पुरश है जां बंदगी करन वाला इंसान है ये बहुते वेले रहिंदे ने। अज्ञानी ज्ञान सिंह जी ने भी बड़े प्रेम दे नाल तवारीख अंदर ये वचन दर्ज किया है कि कोई इस तरह का सिख करतारपुर साहब की पवित्र धरती उत्ते श्री गुरु नानक देव साहब जी दे पास गया। तो सतगुरु सच्चे पातशाह महाराज नूं जाके बेनती करता है कि महाराज मेरे ते कृपा करो। मेरे ते तरस करो, मेरा भला करो, परोपकार करो। ता इतिहास ते लंबेरा है, दास संखेप दे विच बेनती करे ता महाराज पुछदे ने कि साडे पहला ये गल दस भी ये जिहड़ी सिख संगत है ये की आ। ये जिहड़े साडे सिख ने इत्थे करतारपुर साहब रह के सेवा करदे ने की ने, तां वो सज्जन जिवें अजकल दी विचार चलदी ना उसे तरह दी विचार देख लो गुरु नानक साहब वेले भी चलदी सी। आपां कहिंदे उदों शायद कुछ फर्क होवेगा, हाँ फर्क सी समें दा, पर इहो जी विचार उदों भी हैगी सी। तां उसने जिहड़ियां गल्लां कीतियां तुसीं सुण के हैरान रहो, जो कि इतिहास दे विच स्पष्ट लिखिया है कि ये वो वेलड़ जिवें सान नहीं होंदे आवारा पशु लोकां दियां खेतियां खाण वाले जिन्हां नूं आवारा रहिंदे ने जिहड़े, इस तरह का उन्हें शब्द वरते। महाराज कहिंदे तेरा जवाब दवांगे, तू पहला ऐ कर भी छे महीने साडे पास रह के सेवा कर। तां जदों छे महीने रह के सेवा कीती तां उसने फिर अपना प्रश्न दोहराया कि मेरे ते कृपा करो, मेरे शंके का जवाब दो, सवाल का जवाब दो। तो महाराज सच्चे पातशाह कहण लगे पहला दस भी ये सिख संगत की है। तां वो कहण लगा जी ये जिवें सत्थां दे विच बंदे बैठे होंदे ना, पिंडां दे विच सत्थां विच बजुर्ग बैठे होंदे ने फटियां। अजकल तुसीं देखिया होगा अजे भी किते किते दिखणगे सत्थां च बैठे ताश खेडदे एक दूजे नाल गल्लां मारी जांदे। तां कहिंदा मेरे हिसाब नाल ते इदां दे बंदे ने। तां महाराज कहिंदे अजे तूं थोड़ा चिर फिर होर सेवा कर, भांडे मांजण दी सेवा करिया कर, असीं तैनूं जवाब देवांगे। तां उहने भांडे मांजणे शुरू कीते, पहलां वी करदा सी, फिर बचन मन के उहने सेवा कीती लंगर दे विच, तकरीबन छे महीने फिर लाए। तां महाराज नूं आण के पुछदा महाराज हुण मेरे ते कृपा करो, मैनूं छुट्टी दे दो, आग्या दे दो, क्यों मैनूं मेरे सवाल का जवाब नहीं मिल रहा। तां महाराज कहिंदे फिर दोहराउंदे आ जगत गुरु आप नारायण धन गुरु नानक देव साहिब महाराज कि पहलां ये गल दस भी सिख की ने। तां वो कहण लगा महाराज ये जिहड़े तुहाडे सिख ने
ਇਹ ਤਾਂ ਦੇਵਤੇ ਨੇ। ਮਹਾਰਾਜ ਕਹਿੰਦੇ ਚੰਗਾ ਬਈ ਚਲਿਆ ਜਾ, ਹੁਣ ਤੈਨੂੰ ਛੁੱਟੀ ਹੈ, ਤੂੰ ਜਾ ਸਕਦਾ। ਤਾਂ ਕਹਿੰਦਾ ਮਹਾਰਾਜ ਮੇਰੇ ਸਵਾਲ ਦਾ ਜਵਾਬ ਕਹਿੰਦੇ ਦੇਤਾ। ਕਹਿੰਦਾ ਜੀ ਕਿਵੇਂ? ਕਹਿੰਦੇ ਪਹਿਲਾਂ ਤੂੰ, ਤੈਨੂੰ ਇਹ ਜਿਹੜੇ ਸਿੱਖ ਨੇ, ਸੰਗਤ ਹੈ, ਇਹ ਦੇਖ ਤੇਰੀ ਦ੍ਰਿਸ਼ਟੀ, ਤੇਰਾ ਮਨ ਕਿੰਨਾ ਮਾੜਾ ਸੀ, ਤੇਰੀ ਆਪਦੀ ਪਸ਼ੂ ਬੁੱਧੀ ਹੈ, ਇਸ ਕਰਕੇ ਤੈਨੂੰ ਸਾਰੇ ਪਹਿਲਾਂ ਪਸ਼ੂ ਹੀ ਦੇਖਦੇ ਨੇ। ਤਾਂ ਜਿਹੋ ਜਿਹਾ ਤੂੰ ਆ, ਉਹੋ ਜਿਹਾ ਤੈਨੂੰ ਸੰਸਾਰ ਜਿਹੜਾ ਉਹ ਭਾਸਦਾ ਪਿਆ, ਪ੍ਰਤੀਤ ਹੁੰਦਾ ਪਿਆ। ਫਿਰ ਸੇਵਾ ਕਰਨ ਕਰਕੇ ਤੇਰਾ ਕੁਝ ਹਿਰਦਾ ਸ਼ੁੱਧ ਹੋਇਆ, ਤਾਂ ਪਸ਼ੂਆਂ ਨਾਲੋਂ ਜਿਹੜੀ ਤੇਰੀ ਬੁੱਧੀ ਹੈ ਉੱਪਰ ਹੋਈ, ਅਤੇ ਤੇਰੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ, ਤੂੰ ਇਹ ਜਵਾਬ ਦਿੱਤਾ ਵੀ ਇਹ ਉਹ ਵਿਹਲੇ ਜਿਹੜੇ ਸੱਥ 'ਚ ਬੈਠੇ ਹੁੰਦੇ। ਤਾਂ ਪਸ਼ੂਆਂ ਨਾਲੋਂ ਮਨੁੱਖ ਬੁੱਧੀ ਜਿਹੜੀ ਉਹ ਪੈਦਾ ਹੋਈ, ਅਤੇ ਜਿਵੇਂ ਜਿਵੇਂ ਤੂੰ ਸੇਵਾ ਕਰੀ ਗਿਆ ਤੇਰਾ ਹਿਰਦਾ ਸਾਫ ਹੋਇਆ, ਤਾਂ ਹੁਣ ਤੂੰ ਕੀ ਕਹਿੰਦਾ ਪਿਆ? ਅਤੇ ਪਹਿਲਾਂ ਕੀ ਕਹਿੰਦਾ ਸੀ? ਉਹੋ ਹੀ ਆ ਨਾ ਤੂੰ। ਤਾਂ ਹੁਣ ਤੂੰ ਕੀ ਕਹਿ ਰਿਹਾ? ਦੇਵਤੇ ਇਹ ਨਾਲੇ ਗੁਰੂ ਨਾਨਕ ਸਾਹਿਬ ਦੇ ਪਾਸ ਕਰਤਾਰਪੁਰ ਸਾਹਿਬ ਰਹਿੰਦੇ, ਖੇਤੀ ਦੇ ਵਿੱਚ ਸੇਵਾ ਕਰਦੇ, ਨਾਲ ਨਾਲ ਆਪਣਾ ਪਰਮਾਰਥ ਸਿੱਧ ਕਰਦੇ, ਨਾਲ ਨਾਲ ਆਪਣਾ ਮਿਹਨਤ ਵੀ ਕਰਦੇ, ਕਿਰਤ ਕਮਾਈ ਵੀ ਕਰਦੇ। ਤਾਂ ਜਦੋਂ ਤੇਰੀ ਮੱਤ ਦੇਵਤਿਆਂ ਵਾਲੀ ਹੋਈ ਤਾਂ ਤੈਨੂੰ ਕੀ ਭਾਸਦਾ ਪਿਆ ਹੈ ਕਿ ਗੁਰੂ ਕੇ ਸਿੱਖ ਕੋਈ ਇਨਸਾਨ ਨਹੀਂ ਆ, ਆਮ ਇਨਸਾਨ ਨਹੀਂ ਜਿਵੇਂ ਦੁਨੀਆ ਦੇ ਲੋਕ ਨੇ, ਇਸ ਤਰ੍ਹਾਂ ਕੁਝ ਨਹੀਂ ਹੈ, ਇਹ ਮਨੁੱਖਾਂ ਨਾਲੋਂ ਵੀ ਸ੍ਰੇਸ਼ਟ ਨੇ, ਇਹ ਦੇਵਤੇ ਪਦ ਵਿੱਚ ਵੀ ਪਹੁੰਚੇ ਹੋਏ ਨੇ। ਤਾਂ ਦੇਵਤੇ ਨੇ ਜਿਉਂਦੇ ਜਾਗਦੇ ਦੇਵਤੇ ਤੁਰੇ ਫਿਰਦੇ ਸੰਸਾਰ ਦੇ ਵਿੱਚ। ਤਾਂ ਇਹ ਕਿਰਪਾ ਕਿਹਨੇ ਕੀਤੀ ਹੈ? ਤਾਂ ਮਹਾਰਾਜ ਕਹਿੰਦੇ ਬਲਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਪਾਰ। ਜਿਨ੍ਹਾਂ ਨੇ ਮਨੁੱਖਾਂ ਤੋਂ ਦੇਵਤੇ ਬਣਾਏ ਨੇ, ਐਸੇ ਸਤਿਗੁਰੂ ਤੋਂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਇੱਕ ਵਾਰੀ ਨਹੀਂ ਦਿਹਾੜੀ ਦੇ ਵਿੱਚ, ਇੱਕ ਵਾਰੀ ਕੀ ਬਲਹਾਰ ਜਾਣਾ ਹੈ, ਸੈਂਕੜੇ ਵਾਰੀ ਬਲਹਾਰ ਜਾਈਏ, ਕੁਰਬਾਨ ਜਾਈਏ ਆਪਣੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਉੱਪਰ ਐਸੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਐਸੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਰੀਬ ਨਿਵਾਜ, ਜਿਨ੍ਹਾਂ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਰੱਤੀ ਭਰ ਫਰਕ ਨਹੀਂ ਮੰਨਿਆ ਜਾਂਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਰਹਿਤ ਪਰਮਾਤਮ ਜੋਈ, ਨਾਨਕ ਨਾਮ ਕਹਾਵੈ ਸੋਈ। ਜਿਹਦੇ ਵਿੱਚ ਭੇਦ ਭਾਵ ਨਹੀਂ, ਉਹ ਕੌਣ ਆ? ਪਰਮਾਤਮਾ। ਅਤੇ ਜਿਹੜਾ ਨਾਨਕ ਸ਼ਬਦ ਆ, ਇਹਦਾ ਅਰਥ ਵੀ ਇਹੀ ਹੈ। ਬੜੀ ਸੁੰਦਰ ਰਾਮਕਲੀ ਦੀ ਵਾਰ ਦੇ ਵਿੱਚ ਪਹਿਲੀ ਤੁਕ ਹੈ, ਨਾਉ ਕਰਤਾ ਕਾਦਰ ਕਰੇ, ਜਿਨ੍ਹਾਂ ਦਾ ਨਾਮ ਆਪ ਕਰਤਾ ਪੁਰਸ਼ ਪਰਮੇਸ਼ਰ ਕਾਦਰ ਨੇ ਵੱਡਾ ਕੀਤਾ ਹੈ, ਉਹਨਾਂ ਦੇ ਬੋਲਾਂ ਦਾ ਮੁੱਲ ਕੌਣ ਤਾਰ ਸਕਦਾ ਹੈ? ਉਹਨਾਂ ਦੇ ਬੋਲਾਂ ਦਾ ਅੰਤ ਕੌਣ ਪਾ ਸਕਦਾ ਹੈ? ਜਿਨ੍ਹਾਂ ਨੂੰ ਆਪ ਪਰਮੇਸ਼ਰ ਕਾਦਰ ਪਰਮੇਸ਼ਰ ਨੇ ਵੱਡਾ ਕੀਤਾ, ਜਿਨ੍ਹਾਂ ਦਾ ਨਾਮ ਆਪ ਵਾਹਿਗੁਰੂ ਨੇ ਵੱਡਾ ਕਰਤਾ, ਇਹ ਇਸ਼ਾਰਾ ਹੈ ਕਿਹਦੇ ਵੱਲ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ। ਕਿਉਂ? ਗੁਰੂ ਨਾਨਕ ਸਾਹਿਬ ਦੇ ਨਾਮ ਵਿੱਚ ਅਤੇ ਪਰਮੇਸ਼ਰ ਦੇ ਨਾਮ ਵਿੱਚ ਕੋਈ ਫਰਕ ਨਹੀਂ। ਤਾਂ ਗੁਰੂ ਨਾਨਕ ਦੇਵ ਸਾਹਿਬ ਦੇ ਬੋਲਾਂ ਨੂੰ ਕੌਣ ਜੋਖ ਸਕਦਾ ਹੈ, ਕੌਣ ਵਿਚਾਰ ਕਰ ਸਕਦਾ ਹੈ? ਗੁਰਬਾਣੀ ਤੇ ਕਹਿੰਦੀ ਹੈ ਵੀ ਗੁਰੂ ਦੇ ਬਚਨ ਦੀ ਵਿਚਾਰ ਵੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਆਹ ਜਿਹੜੀ ਗੱਲ ਮੈਂ ਕਰਤੀ ਇਹ ਠੀਕ ਹੈ, ਇਹ ਤੋਂ ਅੱਗੇ ਕੁਝ ਨਹੀਂ, ਬਸ ਇਹ ਅੰਤ ਆ ਮਹਾਰਾਜ ਦੇ ਬਚਨਾਂ ਦੀ ਵਿਆਖਿਆ ਦਾ।
कई कह देंगे ना भुलेखे च अग्ञानता च भी साढ़े अर्थ ही ठीक ने, यह मतलब गुरबाणी का अंत आ गया, फिर यह मतलब तुसी गुरबाणी तो वड्डे हो गए। फिर गुरबाणी दे विचार जिवें विद्वान कहिंदे ना वी समुंदर दा था कोई नहीं, हाँ जिन्ने महापुरश जिन्नी डुंघियाई च जांदे ने उन्ने ही उन्हां दे अर्थां च डुंघियाई, जिन्ना मच्छी डुंघियाई जांदी उन्ना ही रस माणदी है, जिन्ना पंछी आसमान च उच्चा उड्डदा उन्ना ही रस माणदा आनंद माणदा। नहीं तो गुरु साहब के बचना नू कोई जोख नहीं सकता, तोल नहीं सकता। हुण असी की करते हैं, असी महाराज का वचन आपकी मत अनुसार तोलते हैं, तो जे तो साढ़े वो फिट बह जाए तो कहने ये ठीक है बाणी, तो फिर नहीं तो ये बाणी ठीक नहीं है, क्यों साड़ी मत च ही फिट नहीं पै रही। तो बाणी च की लिखिया भाई राय बलवंड भाई सत्ता जी की कह रहे हैं, रामकली की वार टिक्के की वार, इन्नी ताकत इस वार दे विच दास कोई अपने कोलो नहीं कहिंदा। इस बाणी का फरीदकोट वाले टीके च एक गल लिखी हुई भी जिहड़ा एक साल इहदा जाप करे उहदे शरीर ते जिहड़ा भी रोग होवे ठीक हो जांदा। राय बलवंड जी नूं ते सत्ते नूं की सी कोड़ सी, तन फिट गए सन। क्यों कोड़ होया? क्योंकि श्री गुरु नानक साहब की निंदा की। इस तरह के बड़े होणगे जिन्हां दे तन का कोड़, चलो तन का कोड़ तो दूर हो जाता पर मन का कोड़ तो कई मन च कोड़, कई तन ते कोड़। तो ये फरीदकोट वाले टीके च गल लिखी है भी जिहड़ा टिक्के की वार, खडूर साहब की वार, सत भाई सत्ते बलवंडे की वार, एक साल कहिंदे एक बरसे का पाठ करे तो जे कोई रोग होवे तो वह ठीक हुंदा है लिखिया हो। ज्ञानी बदन सिंह जी, संत ज्ञानी बदन सिंह जी सेख मालिया ने यह गल दर्ज की, यदा मतलब की कि यह गल सिखा चली आती तो उन्हें लिखी होगी। तो ये पहली तोक तुसी देखो भी नाओ करता कादर करे, जिहदा नाओ आप परमेशर ने अपने बराबर करता वह कौन? धन गुरु नानक साहब। उन्हां दे बोलां नूं किहड़ा बंदा जिहड़ा जोख लूगा, किहड़ा बंदा जिहड़ा उन्हां दे बोलां दी व्याख्या कर दो, उन्हां दे बोलां नूं अपनी मत दे नाल दिमाग दे नाल तोल दूगा भी बस आई इहदे है नहीं। ते असी की करते पए अज कि जिहड़ी गल असी करती बस ये ठीक है बाकी गलत आ सब, इहदा मतलब कि भी असी गुरबाणी दा अंत पा लिया। जां फिर जिवें एक बड़ा सुंदर प्रसंग आउंदा है रामपुर खेड़े वाले संत महापुरशां दा, श्रीमान संत हरनाम सिंह जी दे बारे, रामपुर खेड़े वाले बड़ा सुंदर बख्यान आउंदा डॉक्टर भाई वीर सिंह जी, बड़ी कृपा सी महाराज दी, संत भाई वीर सिंह जी कह लो, संत कवि कह लो, पर फिर भी किन्नी निम्रता होगी जिन्हां ने इन्ने कु नहीं गुजारा चलाया है। कोई इस गल च नहीं पए कि मेरे नाम दे नाल संत लगे, ब्रह्म ज्ञानी लगे, कोई इस तरह की गल होवे। कई बारी तो आप हैरान हो जाओगे कि कबीर साहब च किन्नी निम्रता होगी, अपने आप नूं किन्ना उन्होंने निम्रता च रख के गल कहती, ये कबीर कूकर राम को मुतिया मेरो नाम। कबीर साहब अपने आप नूं परमेश्वर दा कुत्ता कहना। अच्छा भाई नंद लाल सिंह जी दीवान गोया साहब वो की लिखते ने, लाल साग दसवें पातशाह दा कहिंदे भौंकण वाला मैं कुत्ता हाँ। ते अजकल जिन्ने भी रब नूं मन्नण वाले ने
ਇਹਨਾਂ ਦਾ ਨਹੀਂ ਸਰਦਾ ਪਿਆ। ਇਹ ਸ਼੍ਰੀਮਾਨ ਪਹਿਲਾਂ ਲਿਖੋ, ਫਿਰ 108 ਲਿਖੋ, ਫਿਰ ਬ੍ਰਹਮ ਗਿਆਨੀ ਲਿਖੋ। ਇਹ ਗੱਲ ਸਮਝ ਤੋਂ ਪਰੇ ਆ ਕਿ ਜਿਹੜੇ ਪਹਿਲਾਂ ਹੋਏ ਨੇ ਉਹਨਾਂ ਨੇ ਸਾਰ ਲਿਆ। ਜਿਵੇਂ ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਚਿੱਠੀ ਪੜ੍ਹੋ, ਉਹ ਕੀ ਲਿਖਣਗੇ ਥੱਲੇ, ਦਾਸਨ ਦਾਸ ਜਰਨੈਲ ਸਿੰਘ ਖਾਲਸਾ। ਇਹ ਉਹਨਾਂ ਦੇ ਲਿਖਿਆ ਮਿਲੂਗਾ ਤਾਂ ਅੱਜ ਵੀ ਤੁਸੀਂ ਦੇਖ ਸਕਦੇ। ਇਸੇ ਤਰ੍ਹਾਂ ਜਿਹੜੇ ਸੰਤਾਂ ਨੇ 72 ਸਾਲ ਗੁਰਬਾਣੀ ਦਾ ਕੀਰਤਨ ਕੀਤਾ ਨਾ, ਹਰਿਮੰਦਰ ਸਾਹਿਬ, ਉਹ ਆਪਦਾ ਨਾਮ ਕਿੱਦਾਂ ਲਿਖਦੇ ਨੇ, ਸੰਤ ਸ਼ਾਮ ਸਿੰਘ ਜੀ, ਉਹ ਆਪਣਾ ਨਾਮ ਲਿਖਣਗੇ ਗੁਲਾਮ ਸ਼ਾਮ ਸਿੰਘ, ਗੁਰੂ ਘਰ ਦਾ ਨੌਕਰ, ਗੁਰੂ ਘਰ ਦਾ ਮੁੱਲ ਖਰੀਦੀ, ਲਾਲਾ ਗੋਲਾ ਮੇਰਾ ਨਾਮ ਸੁਭਾਗਾ। ਤਾਂ ਐਸੀ ਨਿਮਰਤਾ ਮਹਾਂਪੁਰਸ਼ਾਂ ਦੇ ਵਿੱਚ, ਗੁਰੂ ਘਰ ਦੇ ਗੁਰਸਿੱਖਾਂ 'ਚ, ਗੁਰਮੁਖਾਂ 'ਚ, ਪਿਆਰਿਆਂ 'ਚ। ਅਤੇ ਜੇ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਉਹ ਦੇਖੋ ਕਾਬਲ ਤੋਂ ਆਈ ਸੰਗਤ ਦੇ ਗੁਰਦੁਆਰਾ ਪਿਪਲੀ ਸਾਹਿਬ ਜਾ ਕੇ ਚਰਨ ਜੋੜੇ ਝਾੜਦੇ, ਰਾਤ ਨੂੰ ਜਾ ਕੇ ਉਹਨਾਂ ਦੇ ਸੰਗਤ ਦੇ ਸੇਵਾ ਕਰਨ, ਮੁੱਠੀ ਚਾਪੀ ਕਰਨ, ਲੱਤਾਂ ਦੱਬਣ, ਪੱਖਾ ਕਰਨ, ਕੜਾਹ ਪ੍ਰਸ਼ਾਦ ਮਾਤਾ ਜੀ ਬਣਾ ਕੇ ਸੀਸ 'ਤੇ ਰੱਖ ਕੇ ਸੰਗਤ ਨੂੰ ਛਕਾਉਣ, ਅਤੇ ਸੰਗਤਾਂ ਦੇ ਜੋੜੇ ਵੀ ਜਦੋਂ ਸੰਗਤ ਦਰਸ਼ਨ ਕਰਨ ਆਵੇ ਅਤੇ ਬਾਬਾ ਬੁੱਢਾ ਸਾਹਿਬ ਨੂੰ ਸੰਗਤ ਪੁੱਛੇ ਕਿ ਗੁਰੂ ਸਾਹਿਬ ਕਿੱਥੇ ਨੇ, ਗੱਦੀ 'ਤੇ ਹਾਜ਼ਰ ਨਹੀਂ, ਤਾਂ ਗੁਰੂ ਸਾਹਿਬ ਕਿੱਥੇ ਮਿਲੇ, ਜਿੱਥੇ ਸੰਗਤ ਨੇ ਜੋੜੇ ਲਾਏ ਸੀ ਉਹਨਾਂ ਦੇ ਜੋੜੇ ਝਾੜਦੇ ਪਏ। ਫਰਕ ਹੈ ਕਿ ਨਹੀਂ ਪੂਰਿਆਂ ਦਾ ਅਤੇ ਅਧੂਰਿਆਂ ਦਾ, ਵੇਖੋ ਕਿੰਨਾ ਫਰਕ। ਅਸਲ ਦਾ ਅਤੇ ਨਕਲ ਦਾ ਕਿੰਨਾ ਫਰਕ ਹੈ, ਅਸਲ ਸੀ ਅਤੇ ਨਕਲ ਜਿਹੜੀ ਹੈ ਉਹ ਤੋਂ ਬਣੀ, ਪਰ ਨਕਲ ਜਿਹੜੀ ਹੈ ਨੁਕਸਾਨ ਬਹੁਤ ਕਰ ਦਿੰਦੀ ਹੈ, ਕਿਉਂ ਅਸਲ ਦਾ ਭੁਲੇਖਾ ਇਹਨਾਂ ਤੋਂ ਪੈਂਦਾ। ਸ਼੍ਰੀਮਾਨ ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅਤੇ ਡਾਕਟਰ ਭਾਈ ਵੀਰ ਸਿੰਘ ਜੀ, ਅਖਬਾਰ 'ਚ ਖਬਰ ਛਪਦੀ ਹੈ ਕਿ ਡਾਕਟਰ ਸਾਹਿਬ ਜਿਹੜੇ ਨੇ ਉਹ ਬਿਮਾਰ ਨੇ, ਢਿੱਲੇ ਨੇ। ਹੁਣ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਦੀ ਮਿਲੇ ਨਹੀਂ ਉਹਨਾਂ ਨੂੰ ਸਰੀਰ ਕਰਕੇ, ਅਖਬਾਰ 'ਚ ਖਬਰ ਕਿਸੇ ਨੇ ਪੜ੍ਹ ਕੇ ਸੁਣਾਈ, ਤਾਂ ਕਿੰਨਾ ਪ੍ਰੇਮ ਹੋਊਗਾ ਗੁਰਮੁਖਾਂ ਗੁਰਸਿੱਖਾਂ ਦਾ ਆਪਸ ਵਿੱਚ। ਤਾਂ ਪਤਾ ਲੈਣ ਵਾਸਤੇ ਗਏ, ਅੱਗਿਓਂ ਸੇਵਾਦਾਰ ਨੇ ਕਹਿ ਦਿੱਤਾ ਕਿ ਡਾਕਟਰ ਨੇ ਮਨ੍ਹਾ ਕੀਤਾ ਹੈ ਬੋਲਣ ਤੋਂ, ਉਹ ਮਿਲ ਨਹੀਂ ਸਕਦੇ ਕਿਸੇ ਨੂੰ। ਤਾਂ ਫਿਰ ਕੋਈ ਸ਼ੋਕ ਨਹੀਂ ਪੈਦਾ ਹੋਇਆ, ਕੋਈ ਦੁੱਖ ਨਹੀਂ ਪੈਦਾ ਹੋਇਆ ਵੀ ਇੰਨੀ ਦੂਰੋਂ ਚੱਲ ਕੇ ਆਏ ਹਾਂ, ਦੋ ਮਿੰਟ ਮਿਲਾ ਦੇਣਗੇ ਤਾਂ ਕੀ ਇਹਨਾਂ ਦਾ ਜਾਂਦਾ। ਸ਼ੋਕ ਪੈਦਾ ਹੋ ਜਾਂਦਾ ਨਾ ਵੀ ਇੰਨੀ ਮਿਹਨਤ ਕੀਤੀ ਹੈ ਫਜ਼ੂਲ ਗਈ। ਅਤੇ ਜਿਹਨੂੰ ਸ਼ੋਕ ਪੈਦਾ ਹੋਵੇ ਨਾ ਅਤੇ ਹਰਖ ਪੈਦਾ ਹੋਵੇ, ਗੁਰਬਾਣੀ ਕਹਿੰਦੀ ਉਹ ਜੀਵਨ ਮੁਕਤ ਨਹੀਂ। ਅਤੇ ਜਿਹਨੂੰ ਇਹ ਦੋਵੇਂ ਬਰਾਬਰ ਨੇ ਉਹ ਗੁਰਬਾਣੀ ਨੇ ਜੀਵਨ ਮੁਕਤ ਮੰਨੇ ਨੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਂ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਤਾਂ ਸ਼੍ਰੀਮਾਨ ਸੰਤ ਹਰਨਾਮ ਸਿੰਘ ਜੀ ਕੋਈ ਸ਼ੋਕ ਥੋੜ੍ਹੀ ਹੈ। ਹੁਣ ਡਾਕਟਰ ਸਾਹਿਬ ਨੂੰ ਉਹਨੀ ਸੇਵਾਦਾਰ ਨੇ ਬੇਨਤੀ ਕੀਤੀ, ਆਪਣੇ ਕੋਲੋਂ ਹੀ ਜਵਾਬ ਦਿੰਦਾ ਪਿਆ ਕਿ ਨਹੀਂ ਮਿਲ ਸਕਦੇ, ਸਿਹਤ ਢਿੱਲੀ ਹੈ, ਡਾਕਟਰਾਂ ਨੇ ਕਿਹਾ ਹੈ, ਇੱਦਾਂ ਸੰਗਤ ਬਹੁਤ ਆਉਂਦੀ ਹੈ, ਪ੍ਰੇਮੀ ਬਹੁਤ ਆਉਂਦੇ ਨੇ, ਉਹਨਾਂ ਦਾ ਸਰੀਰ ਤੰਦਰੁਸਤ ਨਹੀਂ ਰਹੂਗਾ ਜੇ ਹਰੇਕ ਨੂੰ ਮਿਲਣਗੇ ਵਜਨ ਕਰਨਗੇ।
सेवादार भी अपनी ड्यूटी पूरी करता पाया और सेवादार नूं ये नहीं पता भी कित्थों चल के आए किवें आए होणगे पुराना समा भी एड्डी वड्डी शख्सियत आ उहनूं नहीं कोई पता तां आप हैरान होवोगे उत्थे बह के ही बाहर बेंच ते बैठे सी कहिंदे कोई गल नहीं जतन करके उन्होंने देखिया भी नहीं मिलाउंदे कोई गल नहीं नाले जिहड़े धुर दरगाह च मिले ने जिहड़े शब्द दे नाल मिले ने वह सदा ही मिले ने ते जिहड़े शब्द दे नाल नहीं मिले वह तो फिर थोड़े चिर वास्ते मिलणगे ते गुरबाणी ने अगे बड़ा सुंदर कहा भी आगे मिलन किना भी की गरंटी है भी ये जिहड़े बच्चे ने तैनूं अगे मिलणगे जिन्हां दे खातर अपना धर्म भी छड्डी बैठा ये परिवार तैनूं अगे मिलेगा कहिंदे नहीं मिलेगा कोई पक्का नहीं आ वह मिलणगे जिहड़े गुरु नूं मानदे होए वह इकट्ठे हो जाणगे बाकी कोई नहीं मिलेगा भावें गुस्सा ना करो भावें सब तो नेड़े दा रिश्ता क्यों ना हो वह भी नहीं मिलेगा अगे वह भी नहीं दर्शन होणगे उहदे सिर्फ इत्थे गृहस्थ विच इकट्ठे होए ने इत्थे मिलणगे अगे सिर्फ उहो ही मिलणगे जिहड़े अमृतधारी होणगे गुरु साहब दे वचनां दे पहरा दिंदे होणगे उह इकट्ठे होणगे बाकी ते भावें नेड़े दा रिश्ता मां वा ना वह भी जे गुरु दे वचनां ते पहरा नहीं दिंदी ते अगे वह भी नहीं मिलेगी सिर्फ गुरसिख ही एक दूजे नूं मिलणगे क्यों गुरु ग्रंथ साहब का प्रमाण है भी नदियां वाह विशुनिया मेला संजोगी राम जां फिर पुछो जाए सियाणिया आगे मिलन किना इहदे किते अर्थ करियो अर्थ पढ़ियो तो आप हैरान हो जाओगे भी ये जिहड़े लागे लागे तुसीं देखदे पए एक दूजे नूं इन्ना चो भी नहीं पता किसी ने किसी नूं अगे मिलना कि नहीं मिलना ये थोड़े चिर दा नदी नाव दा संजोग आ तो वह हुण शब्द ना मिले होयां दी कमाई देखो कहिंदे कोई गल नहीं तां आप हैरान होवोगे बाहर बैठे 24 साहब दे दास भुलेखा ना खावे पंज पाठ कीते चढ़दी कला दी अरदास कीती ते तुरन लगे ते उसे वेले अंदर घंटी खड़क गई कहिंदे बाहर कौन बैठा है ते नाल ही पता की किया भाई हरनाम सिंह जी बैठे जा अंदर लिया तो अंदर लैके गए बड़ा माण किया सत्कार किया पहला कदी नहीं मिले कहिंदे उत्थे मिले रब दे घर मिले ने जदों अमृत वेले सारे सिमरन च जुड़ते ने ते जिहड़ियां उच्चियां अवस्थां वाले ने वह मिलते ने उत्थे ही मिले उदा नहीं मिले इत्थे तो फिर बड़े प्रेम के नाल वचन किए एक दूजे नाल कहिंदे बीमार कादे आ बहाना वा डिस्टर्ब नहीं करता नाम जपण का स्वाद लैने पे रस लेंदे पे वाह वाह बहाना जहा बनिया वा कोई मिल नहीं आता जी आ जे तो मिल नहीं देंदे सोहना बहाना वा कि बीमार तो डॉक्टर साहब ने एक गल कही बड़ी सोहनी संतां ने पुछया की करते पे कहिंदे गुरु ग्रंथ साहब दे अर्थ बड़ा कठिन कार्ज है ते नाल ही महाराज पता की कहिंदे पए आ ये देखी वीर सियां अर्थ दा अनर्थ ना करी अपनी मत दे नाल कुछ विच दाखल ना करी गुरु दी मत वरती कोई अर्थ गलत ना हो जाए ते डॉक्टर साहब दी निम्रता देखो तुसी किड्डी वड्डी हो गई वह कहिंदे किन्ना कठिन कार्ज आ जिवें किसी नूं समुंदर च धक्का दे दो ते कवे तू सुके दा सुका ही निकल आ दुनियावी बुद्धि कुछ ना कुछ अगे पिछे हो सकता है इसे करके ते हर विद्वान बाद च माफ़ी मंगदा भी लेख है कते ना छूटी है खिन खिन भूलण हा क्यों तू सुल्तान कहाँ हो मियाँ तेरी कवन बड़ाई है तां है बादशाह पर जिहड़े साडे शब्द ने वह एडे छोटे ने कि साडे तो सिर्फ मियाँ जिनी व्याख्या होंदी है एक बादशाह नूं एक मियाँ कहना एक दीवान कहना एक छोटा जिहा अफसर कहना किड्डी वड्डी तुहीन एक बादशाह इन्ने शब्द ही कहिंदे दुनियावी बुद्धि च नहीं आउंदे
ਪਰ ਨਾਲ ਹੀ ਕੀ ਬੇਨਤੀ ਆ, ਇੱਤੇ ਕੂਕਰ ਹੋਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤ ਹੀਣ, ਨਾਨਕ ਜੇ ਹੋਏਗਾ ਤਾਂ ਖਸਮੈ ਨਾਓ ਨਾ ਜਾਏ। ਤਾਂ ਕਿੰਨੀ ਨਿਮਰਤਾ ਹੋ ਗਈ। ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਅੱਖੀਂ ਬਾਜੋਂ ਦੇਖਣਾ ਦੇ ਕਿੰਨੇ ਅਰਥ ਕੀਤੇ ਨੇ। ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਜਿੰਦਰਪਾਲ ਸਿੰਘ ਜੀ ਬੈਂਕਾ ਸਾਹਿਬ ਅਤੇ ਗਿਆਨੀ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ ਉਹਨਾਂ ਦੇ ਸਾਥੀ ਪਹੁੰਚ ਚੁੱਕੇ ਨੇ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਗਿਆਨੀ ਜਸਕੀਰ ਸਿੰਘ ਜੀ ਵਿਦਿਆਰਥੀ ਨੇ, ਟਕਸਾਲ ਦੇ ਬੈਠੇ ਨੇ। ਕੋਈ ਦਾਸ ਭੁਲੇਖਾ ਨਾ ਖਾਵੇ, 21 ਤੋਂ ਵੱਧ ਅਰਥ ਸ਼ਾਇਦ ਸੰਤਾਂ ਨੇ ਇਸ ਤੁਗ ਦੇ ਕੀਤੇ। ਅੱਖੀਂ ਬਾਜੋਂ ਦੇਖਣਾ ਬਿਣ ਕੰਨਾਂ ਸੁਣਨਾ, ਸਿਰਫ ਇਸ ਤੁਗ। ਤਾਂ ਪਹਿਲੀ ਰਾਮਕਲੀ ਦੀ ਵਾਰ ਦੀ ਪਹਿਲੀ ਤੁਕ ਇਹ ਆ, ਜਿਹਨੂੰ ਰੱਬ ਨੇ ਵੱਡਾ ਕਰਤਾ ਉਹਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਅੱਛਾ, ਨਾਲ ਹੀ ਇਸੇ ਤੁਗ 'ਚ ਹੀ ਆ, ਜਿਹੜੇ ਉਹਦੇ ਬੋਲ ਨੇ ਉਹਨਾਂ ਨੂੰ ਕੋਈ ਜੋਖ ਨਹੀਂ ਸਕਦਾ, ਆਪਣੀ ਬੁੱਧੀ ਦੀ ਤੱਕੜੀ ਵਿੱਚ ਕੋਈ ਉਹਨਾਂ ਨੂੰ ਤੋਲ ਨਹੀਂ ਸਕਦਾ। ਸਤਿਗੁਰੂ ਕਿਰਪਾ ਕਰੇ, ਮਿਹਰ ਕਰਨ, ਬਖਸ਼ਿਸ਼ ਕਰਨ। ਆਓ ਹੁਣ ਗਿਆਨੀ ਜੀ ਪਾਸੋਂ ਕਵੀ ਸ਼੍ਰੀ 12 ਸ਼ਰਵਣ ਕਰੀਏ, ਭੁੱਲ ਚੁੱਕ ਦੀ ਖਿਮਾ ਜੀ। ਇਸੇ ਤਰ੍ਹਾਂ ਆਪਣੇ 13 ਤਰੀਕ ਤੱਕ ਕਥਾ ਵਿਚਾਰ ਜਿਹੜੀ ਹੈ ਉਹ ਹੋਵੇਗੀ। ਕੱਲ੍ਹ ਤੋਂ ਕੋਈ ਵਿਸ਼ਾ ਜਿਹੜਾ ਹੈ ਜਾਂ ਕੋਈ ਗੁਰਬਾਣੀ, ਜਿਵੇਂ ਵੀ ਗਿਆਨੀ ਜੀ ਜਾਂ ਪ੍ਰਬੰਧਕ ਸੱਜਣ ਹੁਕਮ ਕਰਨਗੇ, ਉਸ ਤਰ੍ਹਾਂ ਫਿਰ ਗੁਰਬਾਣੀ ਦੀ ਕਥਾ ਜਿਹੜੀ ਹੈ ਉਹ ਆਰੰਭ ਕੀਤੀ ਜਾਵੇਗੀ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਸੱਜਣਾਂ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਜੀ ਪਾਸੋ ਆਓ ਸਾਰੇ ਅਸੀਸ ਮੰਗੀਏ, ਇਹ ਸੱਚੇ ਪਾਤਸ਼ਾਹ ਕਿਰਪਾ ਕਰਨ, ਤਰਸ ਕਰਨ। ਆਓ ਅੱਧਾ ਮਿੰਟ ਸਿਰਫ ਆਪਾਂ ਪੜ੍ਹ ਲਈਏ ਸਾਰੇ, ਫਿਰ ਫਤਿਹ ਦੀ ਸਾਂਝ ਕਰੀਏ। ਆਪਣਾ ਨਾਮ ਜਪਾਵੋ ਵਾਹਿਗੁਰੂ, ਆਪਣਾ ਨਾਮ ਜਪਾਵੋ, ਆਪਣਾ ਨਾਮ ਆਪਣਾ ਨਾਮ ਜਪਾਵੋ ਵਾਹਿਗੁਰੂ, ਆਪਣਾ ਨਾਮ ਜਪਾਵੋ, ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਬਹੁਤ ਹੀ ਪ੍ਰੇਮ ਸਹਿਤ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਦਮਦਮੀ ਟਕਸਾਲ, ਤਿੰਨਾਂ ਪਾਸੋਂ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਵਡਿਆਈ ਗੁਰੂ ਜਸ ਸਰਵਣ ਕਰ ਰਹੇ ਸੀ। ਸੋ ਇਸੇ ਤਰ੍ਹਾਂ ਲਗਾਤਾਰ ਇੱਕ ਹਫ਼ਤਾ 13 ਅਕਤੂਬਰ ਤੱਕ ਸਤਿਕਾਰਯੋਗ ਬਾਬਾ ਜੀਵਾ ਸਿੰਘ ਜੀ ਹਾਜ਼ਰੀ ਭਰਨਗੇ। ਸ਼ਾਮ 7 ਵਜੇ ਤੋਂ 7:45 ਤੱਕ, 7:45 ਤੱਕ ਬਾਬਾ ਜੀ ਦਾ ਸਮਾਂ ਹੈ। ਸੋ ਆਪ ਸੰਗਤਾਂ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਹੁਣ ਪੰਥ ਦਾ ਪ੍ਰਸਿੱਧ ਕਵੀ ਸ਼੍ਰੀ ਜਥਾ ਗਿਆਨੀ ਗੁਰਿੰਦਰਪਾਲ ਸਿੰਘ ਜੀ ਬੈਂਕਾ, ਗਿਆਨੀ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ ਵਾਲੇ, ਆਓ ਤਿੰਨਾਂ ਪਾਸੋਂ ਕਵੀ ਸ਼੍ਰੀ 12 ਸ਼੍ਰਵਣ ਕਰੀਏ, ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਹੀ ਜਗ ਤੇ ਓਟ ਨਿਓਟਿਆਂ ਦੀ, ਤੂੰ ਹੀ ਆਸਾ ਹੈ ਦਿਲਾਂ ਉਦਾਸਿਆਂ ਦੀ, ਤੂੰ ਹੀ ਜਗ ਤੇ ਓਟ ਨਿਓਟਿਆਂ ਦੀ, ਤੂੰ ਹੀ ਆਸਾ ਹੈ ਦਿਲਾਂ ਨਿਰਾਸਿਆਂ ਦੀ, ਤੇਰੇ ਦਰ ਤੇ ਆਣ ਕੇ ਡਿੱਗਿਆ ਹਾਂ,
ਓਟ ਛੱਡ ਕੇ ਸਾਰਿਆਂ ਪਾਸਿਆਂ ਦੀ ਇੱਥੋਂ ਲੱਭਦਾ ਮਾਣ ਨਿਮਾਣਿਆਂ ਨੂੰ ਟੇਕੇ ਆਤਮਾ ਦਿਲਾਂ ਉਦਾਸਿਆਂ ਦੀ ਤੇਰੇ ਅਮਰਤੀ।